सिमरन कैनल पटियाला साडा की जिवें कि तुहानू पता यूट्यूब चैनल है सिमरन कैनल पटियाला दे नाम नाल तुहाडा बहुत स्वागत है साडे चैनल ते। तो जिवें कि तुहानू पता असीं पपीज़ की वीडियो लैके आने थोड़े लिए नवी तो नवी। तो अज असीं विजिट किया कैनल ते, अज तुहानू असीं एक कैनल विजिट करावांगे। तो गाइस हुण मैं तुहानू इंट्रोड्यूस करा जा रहा जी जिहड़े साडे अमन कैनल के ओनर ने अमन जी। होर अमन भाई किसी तरह की लोड़ हो ਬਾਈ ਨੂੰ ਆਰਡਰ ਕਰੋ, ਜੋ ਚੀਜ਼ ਚਾਹੀਦੀ ਤੁਹਾਨੂੰ ਤੁਹਾਡੀ ਲੋਕੇਸ਼ਨ 'ਤੇ ਡਿਲੀਵਰ ਹੋ ਜਾਏਗੀ। ਹੁਣ ਆਪਾਂ ਗੱਲ ਕਰਦੇ ਹਾਂ ਬਾਈ ਦੇ ਨਾਲ ਬਰੀਡਸ ਬਾਰੇ। ਭਾਅ ਜੀ ਆਪਣੇ ਕੋਲ ਕਿੰਨੀਆਂ ਕੁ ਬਰੀਡਸ ਦੇ ਪਪੀ ਨੇ ਜੀ, ਜਾਂ ਕਿੰਨੀ ਬਰੀਡਸ 'ਤੇ ਤੁਸੀਂ ਡੀਲ ਕਰਦੇ ਹੋ? ਆਲ ਬਰੀਡ ਹੈ ਭਾਅ ਜੀ, ਐਵੇਂ ਕਹੋ ਜੀ ਕਿਹੜੀ ਬਰੀਡ ਆਪਾਂ ਨਹੀਂ ਕਰਦੇ, ਸਾਰੇ ਬਰੀਡ ਹੈ ਤੁਹਾਡੇ ਕੋਲ। ਆਪਾਂ ਜੇ ਇੱਕ ਕੁਆਂਟੀਟੀ ਦੀ ਗੱਲ ਕਰ ਲਈਏ ਭਾਅ ਜੀ, ਤੁਹਾਡੇ ਕੋਲ ਕਿੰਨੇ ਕੁ ਟੋਟਲ ਡੋਗਸ ਨੇ? 82 ਡੋਗ ਨੇ ਤੁਹਾਡੇ ਕੋਲ ਤੁਹਾਡੇ ਕੋਲ। ਜਿਵੇਂ ਕਿ ਗਾਇਜ਼ ਮੈਂ ਵੀ ਦੇਖੇ ਆ ਸਾਰੇ ਡੋਗਸ, ਮੈਂ ਵੀ ਦੇਖਿਆ ਬਹੁਤ ਅੱਛੇ ਡੋਗ ਨੇ, ਅੱਛੀ ਕੁਆਲਿਟੀ ਹੈ। ਅਤੇ ਜਿਵੇਂ ਕਿ ਮੈਨੂੰ ਵੀ ਲੱਗਦਾ ਮੈਨੂੰ ਕੋਈ ਇਹੋ ਜਿਹੀ ਬਰੀਡ ਲੱਗੀ ਨਹੀਂ ਜਿਹੜੀ ਇਸ ਕੈਨਲ 'ਚ ਹੈ ਨਹੀਂ। ਬਾਈ ਕੋਲ ਏ ਟੂ ਜੈਡ ਬਰੀਡਸ ਨੇ। ਅਤੇ ਬਾਈ ਜੀ ਆਪਣੇ ਕੋਲ ਸਾਰੇ ਮੇਲ ਹੀ ਨੇ ਕਿ ਫੀਮੇਲਸ ਵੀ? ਮੇਲ ਹੀ ਨੇ ਭਾਈ, ਮੇਲ ਹੀ ਨੇ। ਸਟੱਡ ਸਰਵਿਸ ਮੇਨ ਆਪਣਾ ਕੰਮ, ਸਟੱਡ ਸਰਵਿਸ ਹੈ। ਸਾਨੂੰ ਤੁਸੀਂ ਬਰੀਫ ਕਰਕੇ ਦੱਸੋਗੇ, ਮੰਨ ਲਓ ਵੀ ਜਿਵੇਂ ਆਪਾਂ ਬਰੀਡ ਵਾਈਜ਼ ਗੱਲ ਕਰੀਏ, ਜੇ ਅੱਜ ਦੀ ਆਪਾਂ ਇੱਕ ਲੈਬਰਾਡੋਰ ਬਰੀਡ ਮੰਨ ਲੈਂਦੇ ਹਾਂ, ਲੈਬਰਾਡੋਰ ਬਰੀਡ ਦੇ ਆਪਣੇ ਕੋਲ ਕਿੰਨੇ ਸਟੱਡ ਨੇ ਭਾਈ? ਆਪਣੇ ਕੋਲ 4 ਡੌਗ ਨੇ ਜੀ, ਲੈਬਰਾਡੋਰ ਅਲੱਗ ਅਲੱਗ ਕਲਰ ਨੇ, ਜਿਵੇਂ ਇੱਕ ਬਲੈਕ ਆ, ਹਾਂਜੀ, ਤਿੰਨ ਗੋਲਡਨ ਨੇ ਤੇ ਇੱਕ ਚਾਕਲੇਟ ਆ ਭਾਈ। ਅੱਛਾ, ਮਤਲਬ ਆਪਣੇ ਕੋਲ ਜਿਹੜੇ ਮਰਜ਼ੀ ਕਲਰ ਦੀ ਫੀਮੇਲ ਆਵੇ ਤੇ ਸਟੱਡ ਆਪਾਂ ਨੂੰ ਸਰਵਿਸ ਮਿਲੇਗੀ। ਹਾਂਜੀ। ਤੇ ਭਾਜੀ ਦੂਜੀ ਗੱਲ ਐਵੇਂ ਆ ਜੀ, ਜਿਵੇਂ ਆਪਾਂ ਕਈ ਡੌਗ ਬਰੀਡਰਾਂ ਨੂੰ ਸੁਣਦੇ ਆ ਜੀ ਵੀ ਸਾਡੇ ਕੋਲ ਇੰਪੋਰਟ ਡੌਗ ਨੇ, ਜਾਂ ਕਿਵੇਂ ਵੀ ਸਾਡੇ ਡੌਗ ਦਾ ਲੈਵਲ ਹਾਈ ਹੈ ਤੇ ਅਸੀਂ ਕੈਸ਼ ਮੀਟਿੰਗ ਹੀ ਕਰਾਉਂਦੇ ਆ। ਤੁਹਾਡੇ ਕੋਲ ਵੀ ਕੋਈ ਆਪਣੇ ਕੋਲ ਹੈਗੇ ਨੇ? ਮੇਰੇ ਕੋਲ ਮਤਲਬ ਹੈਗੇ ਨੇ, ਮਤਲਬ ਜਿਹੜੇ ਉਹਦੇ ਤੀਨ ਕੈਸ਼ ਮੀਟਿੰਗ ਵਾਲੇ ਨੇ, ਤੇ ਬਾਕੀ ਮਤਲਬ ਪੱਪ ਦੀ ਡੀਲ ਕਰਦੇ ਜ਼ਿਆਦਾਤਰ ਤਾਂ ਪੱਪ ਦੀ ਡੀਲ। ਅੱਛਾ, ਤੇ ਭਾਜੀ ਮੈਨੂੰ ਦੱਸੋਗੇ ਆਪਣੇ ਕੋਲ ਕਿਹੜੇ ਕਿਹੜੇ ਡੌਗ ਨੇ ਜਿਹੜੇ ਤੁਸੀਂ ਕੈਸ਼ ਮੀਟਿੰਗ ਕਰਾਉਂਦੇ ਹੋ? ਜਿਵੇਂ ਹਸਕੀ ਹੋ ਗਏ ਭਾਜੀ, ਤੇ ਗੋਲਡਨ ਰਿਟਰੀਵਰ ਹੋ ਗਿਆ, ਠੀਕ ਹੈ ਜੀ, ਤੇ ਜਿਵੇਂ ਲੈਬਰੇ ਦਾ ਹੋ ਗਿਆ, ਛੋਟੇ ਰਾਜੇ ਦਾ ਬੱਚਾ। ਅੱਛਾ, ਛੋਟੇ ਰਾਜੇ ਦਾ ਡਾਇਰੈਕਟ ਬੱਚਾ? ਡਾਇਰੈਕਟ ਬੱਚਾ ਜੀ। ਓਕੇ ਓਕੇ, ਹਾਂਜੀ ਮੈਂ ਵੀਡੀਓ 'ਚ ਗਾਇਜ਼ ਦੇਖਿਆ, ਬਹੁਤ ਸੋਹਣੀ ਕੁਆਲਿਟੀ ਦਾ ਬੱਚਾ। ਤੇ ਮੈਂ ਤੁਹਾਨੂੰ ਦਿਖਾਵਾਂਗਾ ਵੀ ਡੌਗ, ਤੇ ਡੌਗ ਦਾ ਰਿਜ਼ਲਟ ਵੀ ਦਿਖਾਵਾਂਗਾ, ਬਹੁਤ ਸੋਹਣੇ ਪੱਪੀ ਅੱਜ ਦੇ ਟਾਈਮ 'ਚ ਪ੍ਰੋਡਿਊਸ ਕਰ ਰਿਹਾ। ਤੇ ਭਾਜੀ ਆਪਾਂ ਫਿਰ ਕੈਸ਼ ਮੀਟਿੰਗ ਕਿੰਨੀ ਕੁ ਲੈਂਦੇ ਆ ਜੀ ਹਸਕੀ ਦੀ? 15000 ਰੁਪਏ। 15000 ਰੁਪਏ ਕੈਸ਼ ਮੀਟਿੰਗ? ਤੇ ਜਿਹੜੇ ਡੌਗ ਦੀ ਆਪਾਂ ਕੈਸ਼ ਮੀਟਿੰਗ ਲੈਂਦੇ ਆ, ਤੇ ਉਹ ਡੌਗ ਕੋਈ ਇੰਪੋਰਟ ਲਾਈਨ ਤੋਂ ਆ ਕਿ ਖਾਸੀਅਤ ਕੀ ਹੈ? ਸਾਨੂੰ ਇੰਪੋਰਟ ਦੇ ਬੱਚੇ ਨੇ, ਇੰਪੋਰਟ ਦੇ ਡਾਇਰੈਕਟ ਬੱਚੇ ਜਿਹੜਾ ਆਪਣੇ ਕੋਲ ਸਟਾਰਟ ਹੈ। ਹਾਂਜੀ, ਜਿਹੜਾ ਬਲੈਕ ਐਂਡ ਵਾਈਟ ਸਟਾਰਟ ਹੈ। ਹਾਂਜੀ ਹਾਂਜੀ, ਪੂਰੀ 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 ਕੋਡ ਸਟਾਰਟ। ਤੇ ਹੋਰ ਭਾਜੀ ਤੁਸੀਂ ਆਪਣੇ ਨਾਲ ਬਰੀਡਰ ਵੀ ਜੁੜੇ ਹੋਏ ਨੇ, ਡੌਗ ਲਵਰ ਵੀ ਜੁੜੇ ਹੋਏ ਨੇ, ਤੁਸੀਂ ਕੁਝ ਦੱਸਣਾ ਚਾਹੋਗੇ ਇਹਨਾਂ ਨੂੰ ਵੀ ਡਾਈਟ ਕੀ ਦੇਣੀ ਚਾਹੀਦੀ ਅੱਜ ਦੇ ਟਾਈਮ 'ਚ, ਠੰਡ ਦੇ ਟਾਈਮ 'ਚ ਡੌਗ? बीमारी ना लगे, मतलब कोई विजिट करना आता है पपी लैके जाना, की चीजा उन्होंने दस दो भाजी? ਜਿਵੇਂ ਡੈਟ ਪਲਾਨ ਆਪਣੇ ਕੋਲ ਡੈਟ ਚਾਰਟ ਬਣਿਆ ਹੋਇਆ, ਆਪਾਂ ਉਹਨੂੰ ਪ੍ਰੋਪਰ ਉਹੀ ਸੈਂਡ ਕਰ ਦਿੰਦੇ ਆ। ਅੱਛਾ ਜੀ। ਤੇ ਜਿਵੇਂ ਮੰਨ ਕੇ ਉਹਨੂੰ ਕਹਿੰਦੇ ਵੀ ਆਪਾਂ ਜਿਵੇਂ ਅਸੀਂ ਜਿਹੜੀ ਡੈਟ ਮਤਲਬ ਆਪ 'ਚ ਪਾ ਰਹੇ ਹਾਂ, ਤੇ ਉਹੀ ਕਹਿੰਦੇ ਉਹਨਾਂ ਨੂੰ ਪ੍ਰੈਫਰ ਕਰਦੇ ਆ ਵੀ ਇਹੀ ਡੌਗ ਫੀਡ ਵਰਤਿਓਗੇ ਤੇ ਹੋਰ ਅਲੱਗ ਨਾ ਵਰਤਿਓ, ਹਨਾ ਕੱਲ ਨੂੰ ਦਿੱਕਤ ਆਵੇ। ਅੱਛਾ, ਮਤਲਬ ਜਿਵੇਂ ਲਾਈਕ ਤੁਸੀਂ ਕੈਨਾਈਲ ਕ੍ਰੀਕ ਪਾ ਰਹੇ ਹੋ ਜਾਂ ਐਨਐਨਡੀ ਬ੍ਰਾਂਡ ਪਾ ਰਹੇ ਹੋ ਤੇ ਸੇਮ ਬ੍ਰਾਂਡ ਹੀ ਉਹ ਯੂਜ਼ ਕਰਨ? ਓਕੇ ਓਕੇ, ਇਹਦਾ ਭਾਜੀ ਕੀ ਕਾਰਨ ਹੈ ਇਹਦੇ ਪਿੱਛੇ? ਜਿਵੇਂ ਕਈ ਵਾਰ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਪਾਰਕ ਹੋ ਗਈ, ਜਿਵੇਂ ਆਪਾਂ ਇੱਕੋ ਲਗਤ ਐਨਡੀ ਫੀਡ ਪਾ ਰਹੇ ਹਾਂ, ਕੋਈ ਅਲੱਗ ਤੋਂ ਫੀਡ ਅਗਲੇ ਨੇ ਚੇਂਜ ਕਰ ਲਈ ਤਾਂ ਲੂਜ਼ ਮੋਸ਼ਨ ਵਗੈਰਾ ਦੀ ਦਿੱਕਤ ਆ ਗਈ, ਲੂਜ਼ ਮੋਸ਼ਨਾਂ ਤੋਂ ਪਾਰਕ ਹੋ ਜਾਣੀ ਹੈ। ਅੱਛਾ ਭਾਜੀ, ਤੁਸੀਂ ਇੱਕ ਡਿਸੀਜ਼ ਦਾ ਨਾਮ ਲਿੱਤਾ ਪਾਰਕ, ਥੋੜਾ ਸਾਡੇ ਡੌਗ ਲਵਰ ਨੂੰ ਬਰੀਡਰਸ ਨੂੰ ਥੋੜਾ ਦੱਸਣਾ ਚਾਹੋਗੇ ਵੀ ਕੀ ਚੀਜ਼ ਕਰਕੇ ਪਾਰਕ ਤੋਂ ਰੋਕਿਆ ਜਾ ਸਕਦਾ? ਮੈਂ ਵੀ ਬਹੁਤ ਪੜਿਆ ਭਾਜੀ, ਪਾਰਕ ਬਿਮਾਰੀ ਬਹੁਤ ਹੀ ਮਾੜੀ ਬਿਮਾਰੀ ਹੈ, ਜਿਵੇਂ ਕਿ ਤੁਹਾਨੂੰ ਪਤਾ ਮੈਂ ਵੀ ਬਰੀਡਿੰਗ ਕਰਦਾ ਹਾਂ, ਇਹ ਬਿਮਾਰੀ ਬਹੁਤ ਗੰਦੀ ਬਿਮਾਰੀ ਹੈ, ਤੁਸੀਂ ਦੱਸਣਾ ਚਾਹੋਗੇ ਕੁਝ ਵੀ ਕਿਸ ਕਿਸ ਚੀਜ਼ ਦਾ ਧਿਆਨ ਰੱਖਣਾ ਆਪਾਂ? ਜਿਵੇਂ ਆਪਾਂ ਭਾਜੀ ਇੱਕੋ ਲਗਤ ਡਾਇਟ ਨਾ ਚੇਂਜ ਕਰੋ ਜੀ। ਅੱਛਾ, ਇੱਕ ਤਾਂ ਡਾਇਟ ਹੋ, ਜਿਵੇਂ ਆਪਾਂ ਜਿਵੇਂ ਹੁਣ ਠੰਡ ਦਾ ਟਾਈਮ ਹੈ, ਠੰਡ ਦੇ ਟਾਈਮ 'ਚ ਜਿਵੇਂ ਡੌਗ ਨੇ ਜਿੰਨਾ ਖਾ ਲਿਆ, ਉਸ ਤੋਂ ਬਾਅਦ ਜੇ ਆਪਾਂ ਪਾਉਣਾ ਵੀ ਆ ਤਾਂ ਨਵਾਂ ਪਾਓ,
बहुत सलाह है। ਤੇ ਭਾਅ ਜੀ ਤੁਹਾਡਾ ਇੰਟਰਸਟ ਕਿਹੜੀ ਬਰੀਡ 'ਚ ਹੈ ਜੀ ਸਭ ਤੋਂ ਜ਼ਿਆਦਾ? ਇੱਕ ਹੁੰਦਾ ਨਾ ਬੰਦੇ ਦਾ ਆਪਣਾ ਇੰਟਰਸਟ ਹੁੰਦਾ ਹੈ ਵੀ ਆਹ ਚੀਜ਼ ਮੇਰੇ ਕੋਲ ਬਹੁਤ ਸੋਹਣੀ ਹੈ, ਜਾਂ ਬੰਦੇ ਨੂੰ ਦਿਲੋਂ ਕੋਈ ਬਰੀਡ ਵਧੀਆ ਲੱਗਦੀ ਹੈ, ਤੁਸੀਂ ਕੁਝ ਦੱਸਣਾ ਚਾਹੋਗੇ? ਆਪਣਾ ਸਭ ਤੋਂ ਪੁਰਾਣਾ ਕੰਮ ਹਸਕੀ ਦੇ ਵੀਰੇ, ਇਹ ਤਾਂ ਪੱਗ ਦਾ ਜੀ, ਹਸਕੀ ਤੇ ਪੱਗ ਦਾ। ਤੇ ਭਾਅ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਇੱਕ ਕੁਐਸਚਨ, ਚਲੋ ਵੈਸੇ ਇਹ ਗੱਲ ਮੈਨੂੰ ਕਰਨੀ ਠੀਕ ਤਾਂ ਨਹੀਂ ਲੱਗਦੀ, ਪਰ ਤੁਸੀਂ ਫਿਰ ਵੀ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਵੀ ਤੁਸੀਂ ਕਦੋਂ ਡੋਗ ਬਰੀਡਿੰਗ ਸਟਾਰਟ ਕੀਤੀ ਤੇ ਕਿਵੇਂ ਕੀਤੀ, ਕਿਵੇਂ ਤੁਹਾਡਾ ਦਿਲ ਕੀਤਾ ਵੀ ਚਲੋ ਡੋਗ ਬਰੀਡਿੰਗ ਕਰਦੇ? ਮੈਂ ਭਾਅ ਜੀ ਮਤਲਬ ਡੋਗ ਬਰੀਡਿੰਗ ਤਾਂ ਪਹਿਲਾਂ ਵੀ ਕਰਦੇ ਤੇ, ਪਰ 2006 ਦੇ ਵਿੱਚ ਆਪਣਾ ਪੱਗ ਦਾ ਹਾਈ ਲੈਵਲ ਦੀ ਕੰਮ ਸੀ। ਅੱਛਾ ਜੀ, 2006 ਦੇ ਵਿੱਚ ਕਹਿਣ ਦਾ ਭਾਵ ਹੈ ਵੀ ਤੁਸੀਂ ਵਧੀਆ ਲੈਵਲ ਦੇ ਪ੍ਰੋਫੈਸ਼ਨਲ ਬਰੀਡਿੰਗ ਕਰਨ ਲੱਗ ਗਏ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਬਰੀਡਿੰਗ ਕਰ ਰਹੇ ਸੀ? ਪਹਿਲਾਂ ਆਪਣੇ ਕੋਲੇ ਇਤੋਂ ਪਹਿਲਾਂ ਵੀ ਰੌਟਵੀਲਰ ਤੇ ਡਾਵਰਮੈਨ ਹੈਗੀ ਸੀ ਘਰ। ਅੱਛਾ, ਘਰੇ ਤੁਸੀਂ ਵੈਸੇ ਨੋਰਮਲ ਰੱਖੇ ਹੋਏ ਸੀ ਜਿਵੇਂ ਸ਼ੌਂਕ ਹੁੰਦਾ ਪਿੰਡਾਂ 'ਚ? ਓਕੇ ਓਕੇ, ਤੁਸੀਂ ਵੈਸੇ ਹੀ ਰੱਖੇ ਸੀ। ਫਿਰ ਤੁਹਾਨੂੰ 2006 'ਚ ਮਤਲਬ ਆਈਡੀਆ ਦਿੱਤਾ ਕਿਸੇ ਨੇ ਕਿ ਆਪਣੇ ਆਪ ਨੂੰ ਲੱਗਣ ਲੱਗਾ ਵੀ ਨਹੀਂ ਯਾਰ ਹੁਣ ਇਹਨੂੰ ਆਪਾਂ ਪ੍ਰੋਫੈਸ਼ਨ ਬਣਾਉਂਦੇ ਆਪਣੇ? ਹਾਂਜੀ ਹਾਂਜੀ, ਚਲੋ ਟਾਈਮ ਨਾਲ ਹੁੰਦਾ ਹੀ ਹੈ ਜੀ। ਹਾਂਜੀ ਹਾਂਜੀ, ਸ਼ੌਂਕ ਤੋਂ। ਅੱਛਾ, ਸ਼ੌਂਕ ਤੋਂ ਮਤਲਬ ਤੁਹਾਨੂੰ ਆਪਣੇ ਆਪ 'ਚ ਹੀ ਹੋਇਆ ਵੀ ਡੋਗ ਬਰੀਡਿੰਗ ਦਾ ਕੰਮ ਕਰਨਾ? ਹਾਂਜੀ। ਓਕੇ ਓਕੇ, ਤੇ ਭਾਅ ਜੀ ਤੁਸੀਂ ਦੱਸ ਰਹੇ ਸੀ ਤੁਹਾਡੀ ਫੇਵਰੇਟ ਬਰੀਡ ਹਸਕੀ ਤੇ ਪੱਗ। ਹਸਕੀ ਤੇ ਪੱਗ, ਆਪਣੇ ਕੋਲੇ ਪੱਗ ਦਾ ਵਾਈਟ ਪੇਅਰ ਵੀ ਹੈਗਾ ਜੀ ਤੇ ਉਹਨਾਂ ਦੀ ਬਰੀਡਿੰਗ ਦੇ ਬੱਚੇ ਆ ਰਹੇ ਨੇ ਆਪਣੇ ਕੋਲੇ, ਵਾਈਟ ਹੀ ਆਉਂਦੇ ਨੇ। ਅੱਛਾ, ਵਾਈਟ ਪ੍ਰੋਪਰ ਵਾਈਟ ਕਲਰ ਦਾ? ਇਹ ਭਾਅ ਜੀ ਕੋਈ ਇੰਪੋਰਟ ਲਾਈਨ ਤੋਂ? ਹੁਣ ਇਹ ਇੰਪੋਰਟ ਲਾਈਨ ਦੇ ਬੱਚੇ ਨੇ। ਅੱਛਾ ਅੱਛਾ, ਉਹੀ ਹੈ ਨਾ ਵੀ ਵਾਈਟ ਪੱਗ ਦਾ ਇੰਡੀਆ 'ਚ ਬਹੁਤ ਘੱਟ ਆ, ਰੀਅਲ ਨਹੀਂ, ਇੰਡੀਆ ਦੇ ਗਿਣੇ ਚੁਣੇ ਬਰੀਡਰਸ ਨੇ ਜਿਨ੍ਹਾਂ ਕੋਲ ਹੈ। ਮਤਲਬ ਤੁਹਾਡੇ ਕੋਲ ਵਾਈਟ ਪੱਗ ਦੀ ਵੀ ਸਟਾਰ ਸਰਵਿਸ ਅਵੇਲੇਬਲ? ਹਾਂ ਜੀ। ਉਹਦੀ ਕੀ ਫੀਸ ਹੈ ਭਾਅ ਜੀ? ਉਹਦੀ ਵੀਰੇ 25,000 ਰੁਪਏ। 25,000 ਰੁਪਏ ਫੀਸ ਹੈ? ਓਕੇ, ਚਲੋ ਵਧੀਆ ਲੱਗਿਆ ਭਾਅ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਕੋਲ ਆਉਣ ਲਈ। ਅਸੀਂ ਤੁਹਾਡੇ ਕੋਲ ਆਏ, ਤੁਸੀਂ ਸਾਡੇ ਚੈਨਲ 'ਤੇ ਵੀਡੀਓ ਬਣਵਾਈ, ਸਾਡੇ ਦਰਸ਼ਕਾਂ ਨੂੰ ਇੱਕ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਭਾਅ ਜੀ? ਇਹੀ ਆ ਨਾ ਭਾਅ ਜੀ, ਜਿਵੇਂ ਬਰੀਡਿੰਗ ਕਰਦਾ ਹਰੇਕ ਬੰਦਾ ਹੁਣ ਘਰ ਘਰ ਡੋਗ ਰੱਖ ਲਏ, ਤਾਂ ਜੇ ਬਰੀਡ ਰੱਖਣੀ ਆ ਚਾਹੇ ਆਪਾਂ ਹਰੇਕ ਬੰਦੇ ਨੂੰ ਇਹ ਕਹਿੰਦੇ ਆ ਵੀ ਦੋ ਡੋਗ ਦੇ ਥਾਂ ਇੱਕ ਰੱਖ ਲਓ, ਪਰ ਚੰਗੀ ਬਰੀਡ ਰੱਖ ਲਓ, ਕੁਆਲਿਟੀ ਕੁਆਲਿਟੀ ਪ੍ਰਮੋਟ ਕਰੋ। ਇਹ ਨਾ ਹੋਵੇ ਨਾ ਹੁਣ ਮੰਨ ਕੇ ਚਲੋ ਅੱਜ ਦੇ ਟਾਈਮ 'ਚ 2,000 ਰੁਪਏ ਦੀਆਂ ਗੋਲਡਨ ਰਿਟਰੀਵਰਾਂ ਫੀਮੇਲਾਂ ਲੈ ਕੇ ਅੱਜ ਦੇ ਟਾਈਮ 'ਚ ਬੰਦਾ ਕਹਿ ਰਿਹਾ ਮੈਂ ਵੀ ਬਰੀਡਿੰਗ ਕਰਨੀ ਆ ਬਰੀਡਿੰਗ ਕਰਨੀ ਆ, ਉਹਦੀ ਬਰੀਡਿੰਗ 'ਚੋਂ ਕੀ ਨਿਕਲਣ? ਉਹ ਤਾਂ ਭਾਅ ਜੀ ਡੋਗ ਲਵਰ ਨੂੰ ਵੀ ਤੇ ਬਰੀਡਰ ਨੂੰ ਵੀ ਨੁਕਸਾਨ ਹੀ ਹੋਊਗਾ। ਕੱਲ ਉਹਦਾ ਰਿਜ਼ਲਟ ਚੰਗਾ ਨਹੀਂ ਆਣਾ, ਤੁਹਾਡਾ ਮਾਰਕੀਟ 'ਚ ਨਾਮ ਖਰਾਬ ਹੋਏਗਾ, ਪਲੱਸ ਜੇ ਤੁਹਾਡੇ ਤੋਂ ਕੋਈ ਬ੍ਰੋਕਰ ਲੈ ਕੇ ਜਾ ਰਿਹਾ ਜਾਂ ਕੋਈ ਵੀ ਬੰਦਾ ਲੈ ਕੇ ਜਾ ਰਿਹਾ ਅੱਗੇ ਸੇਲ ਕਰ ਰਿਹਾ, ਉਹਦਾ ਨਾਮ ਖਰਾਬ ਹੋਊਗਾ ਜੀ। ਇਹ ਵੀ ਤੁਹਾਡੀ ਗੱਲ, ਮੈਨੂੰ ਪੁਆਇੰਟ ਬਹੁਤ ਵਧੀਆ ਲੱਗਿਆ। ਅੱਜ ਕੱਲ੍ਹ ਤੁਸੀਂ ਦੇਖ ਹੀ ਰਹੇ ਹੋ ਭਾਅ ਜੀ ਜਿਵੇਂ ਕਿ ਡੋਗ ਬਰੀਡਿੰਗ 'ਚ ਜਾਂ ਡੋਗ ਪ੍ਰਾਈਸ 'ਚ ਬਹੁਤ ਜ਼ਿਆਦਾ ਗਿਰਾਵਟ ਆ ਰਹੀ ਹੈ, ਉਹਦਾ ਤੁਸੀਂ ਕੀ ਕਾਰਨ ਮੰਨਦੇ ਹੋ? ਬਰੀਡਿੰਗ ਹਰੇਕ ਲੋਕਡਾਊਨ ਦੇ ਵਿੱਚ ਕੋਈ ਹੋਰ ਕੰਮ ਚੱਲਿਆ ਨਹੀਂ ਹੈਗਾ, ਸਿਰਫ ਡੋਗ ਦਾ ਹੀ ਚੱਲ ਰਿਹਾ ਸੀ, ਲੋਕਾਂ ਨੇ ਦੇਖਿਓ ਦੇਖਿਓ ਡੋਗ ਰੱਖ ਲਏ, ਹੁਣ ਜਦੋਂ ਸੇਲ ਨਹੀਂ ਹੋ ਰਹੇ ਹੁਣ ਸੋਧੇ ਪਿੰਜਰੇ ਲੋਕ ਸੇਲ ਕਰ ਰਹੇ ਨੇ। ਭਾਅ ਜੀ ਬਹੁਤ ਪੋਸਟਾਂ ਦੇਖਣ ਨੂੰ ਮਿਲਦੀਆਂ ਵੀ ਡੋਗ ਅਡਲਟ ਡੋਗ ਵੀ ਅੱਜ ਕੱਲ੍ਹ ਬਹੁਤ ਸੇਲ ਕਰ ਰਹੇ ਨੇ ਜੀ, ਕਿਉਂ ਬੱਚੇ ਅਗਲੇ ਨੇ ਪੱਪ ਦੇ ਕੇ ਲੈਤੇ ਸੀ ਵੀ ਪਾਪਾਂ ਦਾ ਆਪਾਂ ਡੋਗ ਮਤਲਬ ਕਰਾਂਗੇ ਡੀਲਿੰਗ ਕਰਾਂਗੇ ਵੀ ਸੇਲ ਪਰਚੇਜ ਦਾ ਕਰਾਂਗੇ, ਹੁਣ ਨਹੀਂ ਹੋ ਰਿਹਾ। ਇਹ ਤਾਂ ਹੈ ਹੀ ਹੈ ਭਾਅ ਜੀ, ਉਹ ਕਹਿੰਦੇ ਨੇ ਸਿਆਣੇ ਵੀ ਜਾਨਵਰਾਂ ਦੀ ਬਰੀਡਿੰਗ ਕਰਨੀ ਬਹੁਤ ਔਖੀ ਹੈ, ਇਹ ਤੁਹਾਨੂੰ ਪਤਾ ਜਾਂ ਮੈਨੂੰ ਪਤਾ ਜਿਹੜੇ ਆਪਾਂ ਬਰੀਡਿੰਗ ਕਰਦੇ ਹਾਂ ਨਾ? ਦੇਖੋ ਦੇਖ ਨਹੀਂ ਨਾ ਸਿਸਟਮ ਚੱਲਦਾ ਜੀ, ਜਿਹੜਾ ਡੋਗ ਲਵਰਾ ਦਿਲ ਤੋਂ ਡੋਗ ਲਵਰਾ ਉਹ ਆ, ਹੁਣ ਰਾਤਾਂ ਨੂੰ ਜਾਗਣਾ ਪੈਂਦਾ। ਜਦੋਂ ਕੋਈ ਫੀਮੇਲ ਦੀ ਡਿਲੀਵਰੀ ਹੁੰਦੀ ਹੈ ਕੋਈ ਪਤਾ ਨਹੀਂ ਗਾਈਜ਼, ਸਵੇਰੇ 4 ਵਜੇ ਤੋਂ ਡਿਲੀਵਰੀ ਹੋਣ ਲੱਗੇ ਤੇ ਅਗਲੇ 4 ਵਜੇ ਤੱਕ ਪੱਪੀ ਦੇਈ ਚੱਲੇ, ਕੋਈ ਪਤਾ ਨਹੀਂ 2 ਘੰਟੇ ਜੀ ਸਾਰੇ ਪੱਪੀ ਦੇ ਜੇ, ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਡੋਗ ਬਰੀਡਰਸ ਦੀ, ਪੈਟ ਸ਼ੋਪ ਵਾਲਿਆਂ ਦੀ, ਸਾਰਿਆਂ ਦੀ ਇੱਜ਼ਤ ਕਰਿਆ ਕਰੋ। ਕੋਈ ਐਂ ਨਹੀਂ ਹੈਗਾ ਵੀ ਲਾਈਕ ਕੋਈ ਉਹ ਹੈ ਵੀ ਅਸੀਂ ਟੀਕਾ ਲਾ ਦਾ ਤੇ ਬੱਚੇ ਪੈਦਾ ਹੋ ਗਏ ਹੈ ਨਾ, ਤੁਹਾਨੂੰ ਵੀ ਪਤਾ ਹੀ ਹੈ ਮੀਟਿੰਗ ਹੁੰਦੀ ਆ, ਉਸ ਤੋਂ ਬਾਅਦ 2 ਮਹੀਨੇ ਬਾਅਦ ਬੱਚੇ ਹੁੰਦੇ ਆ, ਉਸ ਤੋਂ ਬਾਅਦ 1.5 ਮਹੀਨਾ ਬੱਚੇ ਪਾਲਣੇ ਵੀ ਪੈਂਦੇ ਗਏ ਸੀ, ਤਾਂ ਕਰਕੇ ਅਸੀਂ ਇਹ ਰੇਟ ਮੰਗਦੇ ਹਾਂ। ਕਿਉਂ ਭਾਅ ਜੀ ਜਿਹੜੇ ਅੱਜ ਕੱਲ੍ਹ ਬਰੀਡਰਸ ਨੇ ਜਾਂ ਨਵੇਂ ਨਵੇਂ ਜੋ ਆਏ ਨੇ ਮਾਰਕੀਟ 'ਚ ਉਹ ਲੋਅ ਪ੍ਰਾਈਸ 'ਚ ਵੇਚ ਰਹੇ ਨੇ, ਭਾਅ ਜੀ ਉਹਦਾ ਕੀ ਕਾਰਨ ਹੈ? ਉਹਨਾਂ ਨੂੰ ਭਾਅ ਜੀ ਪਤਾ ਹੀ ਨਹੀਂ ਹੈਗਾ ਮਾਰਕੀਟ ਦਾ, ਉਹਨਾਂ ਨੇ ਤਾਂ ਧੰਦਾ ਬਣਾ ਲਿਆ। ਅੱਛਾ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਇੱਕ ਬੰਦਾ ਐਵੇਂ ਬੈਠੇ ਰਿਹਾ ਜੀ, ਸਾਨੂੰ ਕਹਿਣ ਲੱਗ ਗਿਆ ਵੀ ਤੁਹਾਡੇ ਕੋਲੇ ਕਿੰਨੇ ਕੁ ਡੋਗ ਨੇ? ਅਸੀਂ ਕਿਹਾ ਵੀ ਸਾਡੇ ਕੋਲ ਤਾਂ 1-2 ਕੇ ਨੇ ਬਾਈ, ਤੇ ਸਾਡੇ ਵੀ ਉਹ ਕਹਿਣ ਲੱਗ ਗਿਆ, ਉਹਨਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਕੌਣ ਆ, ਤੇ ਕਹਿੰਦਾ ਬਾਈ ਮੇਰੇ ਕੋਲੇ ਰੱਖੇ ਹੋਏ ਨੇ 10 ਡੋਗ, ਕਹਿੰਦਾ ਤੁਹਾਨੂੰ ਮੈਂ ਦੱਸੂਗਾ, ਤੇ ਗੱਲਾਂ ਬਾਤਾਂ ਜਾਂ ਬੈਠੇ ਬੈਠੇ ਜਾ ਤੁਹਾਨੂੰ ਨੰਬਰ ਦੱਸਾਂ, ਮਹਾਂ ਬਾਈ ਵੀ ਜਿੰਨੇ ਤੇਰੇ ਕੋਲੇ ਮਾਲਾ ਸਾਰੇ ਕੁੱਤੇ ਨੇ ਉਦੋਂ ਵੱਧ ਸਾਡੇ ਕੋਲੇ ਪੰਪੇਰੀਅਨ ਨੇ। ਪੰਪੇਰੀਅਨ, ਮੈਨੂੰ ਲੱਗਦਾ ਤੁਹਾਨੂੰ ਪੰਪੇਰੀਅਨ ਬਰੀਡ ਨਾਲ ਵੀ ਬਹੁਤ ਪਿਆਰ ਹੈ। ਗਾਈਜ਼ ਮੈਂ ਆਪ ਦੇਖੇ ਨੇ ਪੰਪੇਰੀਅਨ ਦੇ 15-16 ਸਟਾਰਟ ਨੇ ਬਾਈ ਕੋਲ, ਪੰਪੇਰੀਅਨ ਹੈ ਨਾ ਭਾਜੀ, ਬਾਈ ਕੋਲ ਪੰਪੇਰੀਅਨ ਕਲਚਰ ਕੋਲ 15-16 ਸਟਾਰਟ ਨੇ ਗਾਈਜ਼,
ਬਹੁਤ ਹੀ ਵਧੀਆ ਲੈਵਲ ਦੀ ਬਰੀਡਿੰਗ ਕਰਦੇ ਨੇ ਬਾਈ ਪੰਬੇਰੀਅਨ ਦੀ। ਪੰਬੇਰੀਅਨ ਦਾ ਕਿਸੇ ਨੂੰ ਵੀ ਪੱਪ ਚਾਹੀਦਾ ਹੋਵੇ ਬਾਈ ਨਾਲ ਜ਼ਰੂਰ ਕੰਟੈਕਟ ਕਰਨਾ। ਚਲੋ ਬਾਈ ਜੀ ਫਿਰ ਠੀਕ ਹੈ ਜੀ, ਬਹੁਤ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਸਾਡੇ ਸਾਰੇ ਦਰਸ਼ਕਾਂ ਨੂੰ ਲਾਸਟ 'ਚ ਜਾਂਦੇ ਹੋਏ ਸਤਿ ਸ਼੍ਰੀ ਅਕਾਲ ਕਰੋ ਅਤੇ ਲਾਈਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਥੈਂਕ ਯੂ ਸਾਡੇ ਚੈਨਲ 'ਤੇ ਵਿਜ਼ਿਟ ਕਰਨ ਲਈ।